ਨਿੱਕੇ ਨਿੱਕੇ ਬੱਚਿਆਂ ਦੇ ਹੱਥਾਂ 'ਚ ਸਰਿੰਜਾਂ, ਸ਼ਰਿਆਮ ਦੁਕਾਨਾਂ 'ਤੇ ਵਿਕ ਰਹੇ ਰੰਗੀਨ ਟੀਕੇ, ਮੂੰਹ ਨੂੰ ਲਾ ਕੇ ਪੀ ਰਹੇ ਨੇ ਤਰਲ ਪਦਾਰਥ। ਮਾਪੇ ਰੱਖਣ ਆਪਣੇ ਬੱਚਿਆਂ ਦੀ ਨਿਗਰਾਨੀ। ਜਿਹਾ ਦੁਕਾਨਾਂ 'ਤੇ ਬੱਚਿਆਂ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਜੋ ਬੱਚੇ ਵੀ ਚਾਹ ਨਾਲ ਲੈਂਦੇ ਨੇ। ਅਜਿਹੀ ਇੱਕ ਹੋਰ ਸ਼ੈ ਮਾਰਕੀਟ ਦੇ ਵਿੱਚ ਹੈ ਜੋ ਨਿੱਕੇ ਨਿੱਕੇ ਬੱਚਿਆਂ ਦੇ ਹੱਥਾਂ 'ਚ ਨਜ਼ਰ ਆ ਰਹੀ ਹੈ, ਉਹ ਹੈ ਇਹ ਰੰਗੀਨ ਟੀਕੇ, ਸਰਿੰਜਾਂ 'ਚ ਭਰਿਆ ਮਿੱਠਾ ਤਰਲ ਪਦਾਰਥ, ਜਿਨ੍ਹਾਂ ਨੂੰ ਬੱਚੇ ਮੂੰਹ ਲਾ ਕੇ ਬੜੇ ਚਾਹ ਨਾਲ ਪੀ ਵੀ ਰਹੇ ਨੇ। ਇੱਥੇ ਕੋਈ ਵੀ ਧਿਆਨ ਨਹੀਂ ਦੇ ਰਿਹਾ ਕਿ ਆਖਿਰ ਇਹਨਾਂ ਸਰਿੰਜਾਂ 'ਚ ਪਾਇਆ ਹੋਇਆ ਪਦਾਰਥ ਕੀ ਹੈ ਜਾਂ ਇਹ ਸਰਿੰਜਾਂ ਕਿੱਥੋਂ ਆ ਰਹੀਆਂ ਨੇ, ਬੱਚਿਆਂ ਦੀ ਸਿਹਤ 'ਤੇ ਕੀ ਅਸਰ ਕਰਨਗੀਆਂ। ਪਰ ਇੱਥੇ ਇੱਕ ਸਮਾਜ ਸੇਵੀ ਨੇ ਇਸ ਬਾਰੇ ਜ਼ਰੂਰ ਚਰਚਾ ਛੇੜੀ ਹੈ, ਬਾਕਾਇਦਾ ਇਸ ਦੀ ਘੋਖ ਕਰਕੇ ਹੈਰਾਨੀਜਨਕ ਖੁਲਾਸੇ ਵੀ ਕੀਤੇ ਨੇ ਜੋ ਸਿਹਤ ਵਿਭਾਗ 'ਤੇ ਵੱਡੇ ਸਵਾਲ ਖੜੇ ਕਰ ਰਹੇ ਨੇ। ਸਮਾਜ ਸੇਵੀ ਗੁਰਮੁਖ ਗੁਰੂ ਦਾ ਕਹਿਣਾ ਹੈ ਕਿ ਇਹ ਸਰਿੰਜਾਂ ਜੋ ਮੈਡੀਕਲ ਦੀ ਦੁਕਾਨ ਤੋਂ 10 ਰੁਪਏ 'ਚ ਮਿਲਦੀ ਹੈ, ਉਹ ਬੱਚਿਆਂ ਨੂੰ ਭਰੀ ਹੋਈ 5 ਰੁਪਏ 'ਚ ਵੇਚੀ ਜਾ ਰਹੀ ਹੈ, ਜਿਸ ਤੋਂ ਜ਼ਾਹਰ ਹੈ ਕਿ ਸਰਿੰਜਾਂ ਕਿੱਥੋਂ ਆ ਰਹੀਆਂ ਨੇ। ਨਾ ਤਾਂ ਇਹਨਾਂ ਸਰਿੰਜਾਂ 'ਤੇ ਕੋਈ ਪ੍ਰਿੰਟ ਹੈ ਤੇ ਨਾ ਹੀ ਕੋਈ ਲੇਬਲ ਲੱਗਾ ਹੈ। ਐਕਸਪਾਇਰੀ ਹੋਈਆਂ ਸਰਿੰਜਾਂ ਨੇ ਜਾਂ ਕਿੱਥੇ ਬਣ ਰਹੀਆਂ ਨੇ ਕਿਸੇ ਨੂੰ ਨਹੀਂ ਪਤਾ, ਪਰ ਇਹ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਜ਼ਰੂਰ ਹੈ। ਇੱਥੇ ਮਾਪਿਆਂ ਨੂੰ ਬੱਚਿਆਂ 'ਤੇ ਨਿਗਰਾਨੀ ਰੱਖਣ ਦੀ ਲੋੜ ਹੈ ਤਾਂ ਜੋ ਬੱਚੇ ਅਜਿਹੀਆਂ ਚੀਜ਼ਾਂ ਤੋਂ ਦੂਰ ਰਹਿਣ। ਇਸ ਤੋਂ ਇਲਾਵਾ ਹੋਰ ਕੀ ਖੁਲਾਸੇ ਕੀਤੇ ਨੇ ਸਮਾਜ ਸੇਵੀ ਨੇ, ਉਹ ਵੀ ਸੁਣ ਲਓ। ਟੀਕਿਆਂ ਦੇ ਰੂਪ ਦੇ ਵਿੱਚ ਇੱਕ ਚੌਕਲੇਟ ਟੌਫੀ ਟਾਈਪ ਜਿਹੜੀ ਚੀਜ਼ ਆ ਸਾਹਮਣੇ ਆ ਰਹੀ ਹੈ। ਮੇਰੇ ਨਾਲ ਇਸ ਮੁੱਦੇ ਨੂੰ ਚੱਕਣ ਵਾਲੇ ਸਮਾਜ ਸੇਵੀ ਮੌਜੂਦ ਨੇ, ਗੁਰਮੁਖ ਸਿੰਘ ਗੁਰੂ। ਪਹਿਲਾਂ ਤੁਹਾਨੂੰ ਉਹ ਇੰਜੈਕਸ਼ਨ ਟਾਈਪ ਜਿਹੜੀ ਕੈਂਡੀ ਹੈ ਉਹ ਦਿਖਾ ਦਿੰਦੇ ਹਾਂ। ਇਹ ਉਹ ਪਲਾਸਟਿਕ ਦੀਆਂ ਟੌਫੀ ਕਹਿ ਸਕਦੇ ਆਪਾਂ ਕਿ ਇਹ ਬਾਜ਼ਾਰ ਦੇ ਵਿੱਚ ਮਿਲ ਰਹੀ ਹੈ, ਜਿਹਦੇ ਵਿੱਚ ਇੱਕ ਲਿਕੁਇਡ ਹੈ, ਜੈਲੀ ਟਾਈਪ ਹੈ, ਅਤੇ ਜਦੋਂ ਬੱਚਾ ਉਸ ਨੂੰ ਆਪਣੇ ਮੂੰਹ ਦੇ ਵਿੱਚ ਖਾਂਦਾ ਤਾਂ ਉਹਦੇ ਵਿੱਚੋਂ ਇਹ ਜਿਹੜਾ ਲਿਕੁਇਡ ਹੈ ਇਸ ਤਰ੍ਹਾਂ ਨਿਕਲ ਜਾਂਦਾ, ਯਾਨੀ ਕਿ ਇੰਜੈਕਸ਼ਨ ਦਾ ਇਹਨੂੰ ਰੂਪ ਦਿੱਤਾ ਗਿਆ। ਅਤੇ ਉਸ ਤੋਂ ਬਾਅਦ ਤੁਹਾਨੂੰ ਦਿਖਾ ਦਈਏ ਕਿ ਇਹ ਬੱਚਿਆਂ ਨੂੰ ਵੇਚ ਦਿੱਤਾ ਜਾਂਦਾ। ਪਟਿਆਲੇ ਦੇ ਵਿੱਚ ਦੁਕਾਨਾਂ ਦੇ ਉੱਪਰ ਜਿਹੜੀਆਂ ਛੋਟੀਆਂ ਬਾਹਰਲੇ ਏਰੀਏ ਦੇ ਵਿੱਚ ਸ਼ਹਿਰ ਦੇ ਵਿੱਚ ਦੁਕਾਨਾਂ ਨੇ, ਕਨਫੈਕਸ਼ਨਰੀਆਂ ਨੇ, ਉਹਦੇ ਉੱਪਰ ਤੁਹਾਨੂੰ ਇਹ ਜਿਹੜਾ ਬਾਕਸ ਹੈ ਇਹਨਾਂ ਕੈਂਡੀ ਵਾਲਾ ਜੈਲੀ ਵਾਲਾ ਮਿਲ ਜੂਗਾ। ਮੇਰੇ ਨਾਲ ਗੁਰਮੁਖ ਨੇ, ਗੁਰਮੁਖ ਨਾਲ ਪੂਰੀ ਗੱਲ ਕਰ ਲੈਂਦੇ ਹਾਂ। ਗੁਰਮੁਖ, ਕਿਸ ਤਰ੍ਹਾਂ ਤੁਹਾਡੇ ਦਿਮਾਗ 'ਚ ਇਹ ਗੱਲ ਆਈ, ਕਿਸ ਤਰ੍ਹਾਂ ਤੁਸੀਂ ਇਹਨੂੰ ਚੈੱਕ ਕੀਤਾ ਕਿ ਇਹ ਚੀਜ਼ ਵਿਕ ਰਹੀ ਹੈ? ਇਹ ਜੀ, ਕੁਝ ਦਿਨ ਪਹਿਲਾਂ ਇੱਕ ਮੈਂ ਮੁਹੱਲੇ 'ਚੋਂ ਲੰਘ ਰਿਹਾ ਸੀ ਤਾਂ ਉੱਥੇ ਬੱਚਾ ਕਿ ਮਸੋ 3 ਕੁ ਸਾਲ ਦਾ ਇਹ ਜੈਲੀ ਮਤਲਬ ਪੀ ਰਿਹਾ ਸੀ ਉਹ ਖੋਲ੍ਹ ਕੇ। ਜਦੋਂ ਬੱਚਾ ਉਹ ਜੈਲੀ ਪੀਣ ਲੱਗਿਆ ਤਾਂ ਉਹਦੇ ਹੱਥੋਂ ਮੈਂ ਸਰਿੰਜ ਪਕੜੀ ਦੇਖਿਆ ਕੀ ਹੈ, ਤਾਂ ਮੈਂ ਦੇਖਿਆ ਵੀ ਇਹ ਸਰਿੰਜ ਆ ਹੂ ਬਹੂ। ਅਤੇ ਮੈਂ ਪੁੱਛਿਆ ਬੱਚੇ ਦੀ ਮਦਰ ਨਾਲ ਸੀ ਵੀ ਕਿੱਥੋਂ ਲੈ ਗਿਆ, ਉਹ ਕਹਿੰਦੇ ਸਾਡੇ ਮੁਹੱਲੇ 'ਚ ਕਰਿਆਨਾ ਸ਼ੋਪ ਹੈ। ਉਸ ਤੋਂ ਅਸੀਂ ਪਤਾ ਕੀਤਾ ਸੀ, ਮਤਲਬ ਅਸੀਂ ਸਰਵੇ ਕੀਤਾ, ਟੀਮ ਨੇ ਕੀਤਾ, ਸਾਡੇ ਕੋਲ ਵਲੰਟੀਅਰਸ ਹੈਗੇ ਨੇ ਕਾਫੀ। ਮਤਲਬ ਪਟਿਆਲਾ ਸ਼ਹਿਰ ਦੇ ਹਰ ਇੱਕ ਗਲੀ ਮੁਹੱਲੇ ਵਿੱਚ ਕਨਫੈਕਸ਼ਨ ਸਟੋਰ 'ਤੇ, ਕਰਿਆਨਾ ਸਟੋਰ 'ਤੇ ਇਹ ਸਰਿੰਜਾਂ ਸ਼ਰਾਮ ਵਿਕ ਰਹੀਆਂ ਨੇ। ਇਹ ਸਰਿੰਜਾਂ ਵਿੱਚ ਤਰਲ ਪਦਾਰਥ ਮਿੱਠਾ ਭਰਿਆ ਹੋਇਆ ਜੋ ਕਿ ਬੱਚੇ ਬੜੇ ਚਾਅ ਨਾਲ ਪੀਂਦੇ ਨੇ, ਪਰ ਬੱਚਿਆਂ ਲਈ ਇਹ ਘਾਤਕ ਹੈ ਕਿਉਂਕਿ ਇਹਦੇ ਉੱਤੇ ਕੋਈ ਦੇ ਮਤਲਬ ਲੈਵਲ, ਕੋਈ ਐਕਸਪਾਇਰੀ, ਕੋਈ ਕੰਪਨੀ ਨਹੀਂ ਲਿਖੀ ਹੋਈ। ਅਤੇ ਉਸ ਤੋਂ ਵੀ ਬੜਾ ਗੰਭੀਰ ਮਾਮਲਾ ਇਹ ਹੈ ਕਿ ਸਰਿੰਜਾਂ ਵਿੱਚ ਵੇਚਿਆ ਜਾ ਰਿਹਾ ਹੈ। ਕਿਤੇ ਬੱਚਿਆਂ ਦੇ ਹੱਥ ਵਿੱਚ ਕੋਈ ਮਤਲਬ ਪੈੱਨ ਜਾਂ ਪੈਨਸਲ ਹੋਣਾ ਚਾਹੀਦਾ, ਆਪਾਂ ਸਰਿੰਜ ਫੜਾ ਰਹੇ ਹਾਂ ਕਿ ਸਰਿੰਜ ਕਲਚਰ ਨੂੰ ਪ੍ਰਮੋਟ ਕਰ ਰਹੇ ਹਾਂ। ਅਤੇ ਕਿਤੇ ਨਾ ਕਿਤੇ ਮਤਲਬ ਇਹ ਮਾਮਲਾ ਇਕੱਲੇ ਪਟਿਆਲੇ ਦਾ ਨਹੀਂ ਹੈ, ਇਹ ਮਾਮਲਾ ਪੂਰੇ ਪੰਜਾਬ ਦਾ। ਅਤੇ ਹਰ ਪਿੰਡ ਵਿੱਚ, ਹਰ ਸ਼ਹਿਰ ਵਿੱਚ ਇਹ ਗਲੀ ਗਲੀ, ਹਰ ਕਰਿਆਨਾ ਸਟੋਰ 'ਤੇ ਵਿਕਰੀਆਂ ਨੇ ਇਹ। ਅਤੇ ਸਾਨੂੰ ਸ਼ੱਕ ਆ ਕਿ ਇਹ ਸਰਿੰਜਾਂ ਯੂਜ ਨੇ, ਅਤੇ ਸਾਡਾ ਸ਼ੱਕ ਤਾਂ ਇਹ ਜ਼ਿਆਦਾ ਮਤਲਬ ਗੰਭੀਰ ਹੋ ਰਿਹਾ ਕਿ ਨਵੀਂ ਸਰਿੰਜ ਕੈਮਿਸਟ ਸ਼ੋਪ ਤੋਂ 5 ਰੁਪਏ ਦੀ ਮਿਲਦੀ ਆ, ਅਤੇ ਇਹ 5 ਰੁਪਏ ਵਿੱਚ ਜੈੱਲ ਭਰ ਕੇ ਵੇਚ ਰਹੇ ਨੇ। ਮਤਲਬ ਕਿਤੇ ਨਾ ਕਿਤੇ ਵੀ ਉਸ ਕਰਿਆਨਾ ਸਟੋਰ ਨੂੰ ਰੇਟ ਪਿੱਛੋਂ 4 ਰੁਪਏ ਦੀ ਆਉਂਦੀ ਹੋਊਗੀ, ਸੁਪਰ ਸਟੋਰ ਨੂੰ 3 ਰੁਪਏ ਦੀ ਆਉਂਦੀ ਹੋਊਗੀ। ਮਤਲਬ ਨਵੀਂ ਜਿਹੜੀ ਸਰਿੰਜ ਵੀ ਆ ਹੋਲਸੇਲ ਰੇਟ 'ਚ ਵੀ ਉਹ ਸਰਿੰਜ 3 ਰੁਪਏ ਦੀ ਮਿਲਦੀ ਹੈ। ਮਤਲਬ ਕਿਤੇ ਨਾ ਕਿਤੇ ਵੀ ਇਹਦੇ ਵਿੱਚ ਇਹ ਸਾਨੂੰ ਇਹ
ਕੋਈ ਵੀ ਇਹਦੇ ਵਿੱਚ ਕੋਈ ਬਾਇਓਮੈਡੀਕਲ ਵੇਸਟ ਕੰਪਨੀ ਜਿਹੜੀ ਆ ਮੈਡੀਕਲ ਵੇਸਟ ਚੱਕਦੀ ਹੁੰਦੀ ਆ ਇਨਵੋਲਵ ਹੋ ਸਕਦੀ ਆ, ਜਾਂ ਕੋਈ ਵੱਡਾ ਹੋਸਪਿਟਲ ਇਨਵੋਲਵ ਹੋ ਸਕਦਾ ਜੇ ਕਿਤੇ ਆ ਕਿਤੋਂ ਡੰਪ ਤੋਂ ਚੱਕ ਰਹੇ ਨੇ ਇਹ। ਅਤੇ ਆਪਾਂ ਦੇਖੇ ਪਿਛਲੇ ਦਿਨੀ ਪੰਜਾਬ ਵਿੱਚ ਕੋਈ 10,000 HIV ਪੋਜ਼ਿਟਿਵ ਮਰੀਜ਼ ਵਧੇ ਨੇ। ਮਤਲਬ ਜਿਹੜੀ ਸਰਿੰਜਾਂ ਯੂਜ ਕਰਦੇ ਨੇ ਉਹ ਕਿਤੇ ਛੋਟੇ ਬੱਚੇ ਯੂਜ਼ ਕਰ ਰਹੇ ਨੇ, ਉਹਨਾਂ ਵਿੱਚ ਕਿਤੇ ਬਿਮਾਰੀ ਫੈਲ ਸਕਦੀ ਆ। ਮਤਲਬ ਬਹੁਤ ਹੀ ਗੰਭੀਰ ਮਾਮਲਾ ਪੰਜਾਬ ਦਾ ਇਹ। ਤੁਸੀਂ ਆਪਣੀ ਸੰਸਥਾ ਦੇ ਰਾਹੀਂ ਕੋਈ ਗੱਲ ਕੀਤੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ, ਗੱਲ ਕੀਤੀ, ਉਹਨਾਂ ਨੇ ਕੀ ਜਵਾਬ ਦਿੱਤਾ? ਜੀ ਅਸੀਂ ਲਗਾਤਾਰ ਜਿਹੜਾ ਪਟਿਆਲਾ ਪ੍ਰਸ਼ਾਸਨ ਹੈ ਉਹਨਾਂ ਨੂੰ ਅਸੀਂ ਮਤਲਬ ਇਹ ਮਿਲ ਕੇ ਆ ਰਹੇ ਲੈਟਰ ਦੇ ਕੇ ਆਏ ਹਾਂ। ਉਸ ਤੋਂ ਇਲਾਵਾ ਅਸੀਂ ਮਤਲਬ ਮਾਣਯੋਗ ਮੁੱਖ ਮੰਤਰੀ ਮਤਲਬ ਭਗਵੰਤ ਸਿੰਘ ਮਾਨ ਪੰਜਾਬ ਜੀ ਨੂੰ ਇੱਕ ਲੈਟਰ ਭੇਜ ਚੁੱਕੇ ਹਾਂ, ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੂੰ ਭੇਜ ਚੁੱਕੇ ਹਾਂ, ਡਿਪਟੀ ਕਮਿਸ਼ਨਰ ਪਟਿਆਲਾ ਨੂੰ। ਹੁਣ ਤਾਂ ਸਾਨੂੰ ਕੋਈ ਜਵਾਬ ਨਹੀਂ ਆਇਆ, ਤਾਂ ਮੈਂ ਇੱਕ ਫੇਰ ਵਾਰ ਬੇਨਤੀ ਕਰੂੰਗਾ ਪੰਜਾਬ ਸਰਕਾਰ ਨੂੰ, ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਅਤੇ ਆਪਣਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੂੰ, ਤੁਸੀਂ ਮਤਲਬ ਮੀਡੀਆ ਰਾਹੀਂ ਇਨੀਸ਼ੀਏਟਿਵ ਲਓ ਇਸ ਮਾਮਲੇ 'ਤੇ। ਬਹੁਤ ਹੀ ਗੰਭੀਰ ਮਾਮਲਾ, ਕੋਈ ਵੱਡੀ ਘਟਨਾ, ਕੋਈ ਵੱਡੀ ਅਣਹੋਣੀ ਪੰਜਾਬ ਵਿੱਚ ਹੋ ਸਕਦੀ ਹੈ। ਬਿਲਕੁਲ। ਸੋ ਜਿਹੜੇ ਗੁਰਮੁਖ ਗੁਰੂ ਨੇ ਇੱਕ ਸੰਸਥਾ ਚਲਾ ਰਹੇ ਨੇ ਮਰੀਜ਼ ਮਿੱਤਰਾ, ਯਾਨੀ ਕਿ ਮਰੀਜ਼ ਦਾ ਮਿੱਤਰ ਇਹਨਾਂ ਦੀ ਸੰਸਥਾ ਦਾ ਨਾਮ ਹੈ। ਅਤੇ ਤੁਸੀਂ ਦੇਖੋ ਕਿ ਇਹਨਾਂ ਨੇ ਇੱਕ ਹੋਰ ਵੀ ਮੁੱਦਾ ਚੱਕਿਆ ਕਿ ਜਿਹੜੀ ਇਹ ਸਰਿੰਜ ਟਾਈਪ ਕੈਂਡੀ ਵਿਕਰੀ ਹੈ ਇਹਦੇ ਉੱਪਰ ਕੋਈ ਵੀ ਇਸ ਤਰ੍ਹਾਂ ਦਾ ਨਿਸ਼ਾਨ ਕੋਈ ਲਿਖਿਆ ਨਹੀਂ ਹੋਇਆ ਹੈਗਾ ਕਿ ਇਹਦੇ ਵਿੱਚ ਪਾਇਆ ਕੀ ਹੋਇਆ। ਮੈਂਗੋ ਟੇਸਟ ਹੈ ਜਾਂ ਕੋਈ ਸਟ੍ਰੋਬੇਰੀ ਟੇਸਟ ਹੈ ਉਹ ਤੁਹਾਨੂੰ ਮਿਲ ਜੂਗਾ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈਗੀ ਕਿ ਇਹਦੇ ਵਿੱਚ ਅਸੀਂ ਪਾਇਆ ਕੀ ਹੈ। ਤੁਸੀਂ ਦੇਖੋ ਕਿ ਕੋਈ ਅਹਿਮਦਾਬਾਦ ਦੀ ਕੰਪਨੀ ਦੱਸੀ ਗਈ ਹੈ ਜਿਹਦੇ ਵਿੱਚ ਸਾਫ ਦੱਸਿਆ ਗਿਆ ਕਿ ਇਹ ਜੈਲੀ ਜੰਕਸ਼ਨ ਦੇ ਨਾਮ ਦੀ ਇਹ ਕੈਂਡੀ ਬਾਜ਼ਾਰ ਦੇ ਵਿੱਚ ਉਪਲਬਧ ਹੈ ਅਤੇ ਸਿਰਫ 5 ਰੁਪਈਏ ਦੇ ਵਿੱਚ ਤੁਹਾਨੂੰ ਇਹ ਜਿਹੜਾ ਇੰਜੈਕਸ਼ਨ ਟਾਈਪ ਜੈਲੀ ਹੈ ਉਹ ਮਿਲ ਜਾਣੀ ਹੈ। ਸੋ ਇੱਕ ਗੰਭੀਰ ਮੁੱਦਾ ਇਸ ਸੰਸਥਾ ਦੇ ਮੁਖੀ ਨੇ ਜਿਹੜੇ ਉਹਨਾਂ ਦੇ ਵੱਲੋਂ ਚੱਕਿਆ ਗਿਆ। ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਇਸ ਤੋਂ ਪਹਿਲਾਂ ਕਿ ਇਸ ਤਰਲ ਪਦਾਰਥ ਜੈਲੀ ਨੂੰ ਖਾ ਕੇ ਕਿਸੇ ਬੱਚੇ ਦਾ ਨੁਕਸਾਨ ਹੋਵੇ ਉਸ ਤੋਂ ਪਹਿਲਾਂ ਹੀ ਇਸ 'ਤੇ ਕਾਰਵਾਈ ਕੀਤੀ ਜਾਵੇ। ਹੁਣ ਦੇਖਣ ਵਾਲੀ ਗੱਲ ਵੀ ਇਹ ਹੋਵੇਗੀ ਕਿ ਪਟਿਆਲਾ ਪ੍ਰਸ਼ਾਸਨ ਇਸ ਬਾਰੇ ਕਦੋਂ ਕਦਮ ਚੱਕਦਾ ਹੈ। ਇਹ ਨਾ ਹੋਵੇ ਕੋਈ ਵੱਡੀ ਘਟਨਾ ਵਾਪਰ ਜਾਵੇ ਅਤੇ ਉਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਦੇ ਵਿੱਚ ਆ ਜਾਵੇ। ਪਟਿਆਲਾ ਤੋਂ ਮਨੋਜ ਸ਼ਰਮਾ, ਨਿਊਜ਼ 18, ਪੰਜਾਬ।